ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਯੂਰਪ ਦੇ ਬਹੁਤ ਹੀ ਸੋਹਣੇ ਦੇਸ਼ ਨਾਰਵੇ ਬਾਰੇ ਕੁਝ ਰੋਚਕ ਤੱਥ। ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਕਿਉਂਕਿ ਮੈਂ ਇਦਾਂ ਨੌਲੇਜ ਵਾਲੀਆਂ ਵੀਡੀਓ ਹੀ ਅਪਲੋਡ ਕਰਦਾ ਰਹਿਣਾ ਹਾਂ। ਨਾਰਵੇ ਦਾ ਅਸਲੀ ਨਾਮ ਹੈ ਨੌਰਡਿਕ, ਜਿਸ ਦਾ ਅਰਥ ਹੈ ਨੌਰਥਨ ਵੇ। ਇੱਥੋਂ ਦਾ ਰਾਸ਼ਟਰੀ ਚਿੰਨ ਸ਼ੇਰ ਹੈ। ਇਹ ਦੇਸ਼ 3,23,208 ਸਕੁਏਅਰ ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਹੈ। ਨਾਰਵੇ ਦੀ ਰਾਜਧਾਨੀ ਓਸਲੋ ਹੈ। ਇੱਥੋਂ ਦੀ ਜਨਸੰਖਿਆ ਤਕਰੀਬਨ 53 ਲੱਖ ਦੇ ਆਸ ਪਾਸ ਹੈ, ਜਿਹਦੇ ਵਿੱਚ 73.3% ਕ੍ਰਿਸਚਨ, 2.4% ਮੁਸਲਿਮ, ਜਦਕਿ ਇੱਥੋਂ ਦੇ 11% ਲੋਕ ਨਾਸਤਕ ਨੇ ਅਤੇ ਬਾਕੀ ਬਚੇ 2% ਦੇ ਵਿੱਚ ਹੋਰ ਧਰਮਾਂ ਦੇ ਲੋਕ ਇੱਥੇ ਰਹਿੰਦੇ ਨੇ। ਨਾਰਵੇ ਦੇ ਵਿੱਚ ਤੇਲ ਅਤੇ ਗੈਸ ਦੀਆਂ ਕੀਮਤਾਂ ਸਭ ਤੋਂ ਜ਼ਿਆਦਾ ਨੇ, ਜਦਕਿ ਨਾਰਵੇ ਦੇ ਕੋਲ ਆਪਣੇ ਕਾਫ਼ੀ ਤੇਲ ਅਤੇ ਗੈਸਾਂ ਦੇ ਭੰਡਾਰ ਨੇ। ਇੱਥੋਂ ਦੀ ਸਰਕਾਰ ਤੇਲ ਅਤੇ ਗੈਸਾਂ ਦੇ ਉੱਪਰ ਇੰਨਾ ਜ਼ਿਆਦਾ ਟੈਕਸ ਤਾਂ ਲਗਾਉਂਦੀ ਹੈ ਕਿ ਲੋਕ ਆਪਣੀਆਂ ਕਾਰਾਂ ਵਿੱਚ ਚੱਲਣ ਦੀ ਬਜਾਏ ਪਬਲਿਕ ਟਰਾਂਸਪੋਰਟ ਨੂੰ ਅਹਿਮੀਅਤ ਦੇਣ ਅਤੇ ਉਸ ਦੇ ਵਿੱਚ ਸਫ਼ਰ ਕਰਨ, ਜਿਸ ਦੇ ਨਾਲ ਨਾਰਵੇ ਦੇ ਵਿੱਚ ਪ੍ਰਦੂਸ਼ਣ ਘੱਟ ਫੈਲੇ। ਨਾਰਵੇ ਦੇ ਬਾਰੇ ਇੱਕ ਹਸਾਉਣ ਵਾਲਾ ਤੱਥ ਇਹ ਵੀ ਹੈ ਕਿ 2012 ਦੇ ਵਿੱਚ ਇੱਥੇ ਮੱਖਣ ਦੀ ਬਹੁਤ ਜ਼ਿਆਦਾ ਕਿੱਲਤ ਹੋ ਗਈ ਸੀ, ਜਿਸ ਦੀ ਵਜ੍ਹਾ ਨਾਲ ਇੱਥੋਂ ਦੇ ਸਮੱਗਲਰ ਮੱਖਣ ਦੀ ਸਮੱਗਲਿੰਗ ਕਰਨ ਲੱਗ ਗਏ ਸਨ ਅਤੇ ਇੱਥੇ ਮੱਖਣ ਦੀ ਆਨਲਾਈਨ ਨਿਲਾਮੀ ਵੀ ਹੋਣ ਲੱਗੀ, ਜਿਹਦੇ ਵਿੱਚ ਇੱਕ ਪੈਕਟ ਦੀ ਕੀਮਤ 5,200 ਤੱਕ ਪਹੁੰਚ ਗਈ ਸੀ। ਨਾਰਵੇ ਸ਼ਾਂਤੀ ਪਸੰਦ ਦੇਸ਼ਾਂ ਦੇ ਵਿੱਚੋਂ ਇੱਕ ਹੈ। ਸ਼ਾਂਤੀ ਪਸੰਦ ਦੇਸ਼ਾਂ ਦੀ ਸੂਚੀ ਦੇ ਵਿੱਚ ਨਾਰਵੇ ਦਾ 11ਵਾਂ ਨੰਬਰ ਹੈ। ਇੱਥੇ 99% ਬਿਜਲੀ ਹਾਈਡ੍ਰੋਲਿਕ ਪਾਵਰ ਦੇ ਨਾਲ ਆਉਂਦੀ ਹੈ, ਜਿਹੜੀ ਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਹੈ। ਨਾਰਵੇ ਦੇ ਲੋਕ ਯੂਰਪ ਦੇ ਬਹੁਤ ਪੜ੍ਹੇ ਲਿਖੇ ਲੋਕ ਮੰਨੇ ਜਾਂਦੇ ਨੇ। ਅਕਸਰ ਹੀ ਨਾਰਵੇ ਦੇ ਲੋਕ ਆਪਣੇ ਮਰਨ ਤੋਂ ਪਹਿਲਾਂ ਆਪਣੀ ਕਬਰ ਦੀ ਜ਼ਮੀਨ ਆਪ ਖਰੀਦਦੇ ਨੇ ਅਤੇ ਆਪਣੀ ਕਬਰ ਉੱਤੇ ਲੱਗਣ ਵਾਲੇ ਪੱਥਰ ਅਤੇ ਉਸਦੇ ਡਿਜ਼ਾਇਨ ਨੂੰ ਵੀ ਆਪ ਪਸੰਦ ਕਰਦੇ ਨੇ। ਨਾਰਵੇ ਘੁੰਮਣ ਫਿਰਨ ਲਈ ਬਹੁਤ ਵਧੀਆ ਦੇਸ਼ ਹੈ। ਯੂਰਪ ਦਾ ਸਭ ਤੋਂ ਉੱਚਾ ਅਤੇ ਦੁਨੀਆ ਦਾ 6ਵਾਂ ਸਭ ਤੋਂ ਉੱਚਾ ਝਰਨਾ ਵੀਨੂ ਫੈਸ਼ਨ ਵੀ ਨਾਰਵੇ ਵਿੱਚ ਹੀ ਹੈ। ਨਾਰਵੇ ਦੇ ਵਿਚਕਾਰ ਹੌਰਨਿਟ ਡਲ, ਸਵਾਟਨਿਸ ਝੀਲ ਯੂਰਪ ਦੀ ਸਭ ਤੋਂ ਡੂੰਘੀ ਝੀਲ ਹੈ। ਇਸ ਦੀ ਡੂੰਘਾਈ 1514 ਮੀਟਰ ਹੈ। ਨਾਰਵੇ ਨੇ ਵਿੰਟਰ ਓਲੰਪਿਕ ਦੇ ਵਿੱਚ ਗੋਲਡ, ਬਰਾਂਜ਼, ਸਿਲਵਰ ਮੈਡਲ ਕਿਸੇ ਹੋਰ ਦੇਸ਼ ਦੇ ਮੁਕਾਬਲੇ ਸਭ ਤੋਂ ਵੱਧ ਜਿੱਤੇ ਨੇ। ਸਵੀਡਨ ਅਤੇ ਨਾਰਵੇ 1814 ਤੋਂ 1905 ਤੱਕ ਇੱਕ ਦੇਸ਼ ਸਨ, ਪਰ 1905 ਵਿੱਚ ਇਹ ਦੋਵੇਂ ਦੇਸ਼ ਅਲੱਗ ਅਲੱਗ ਹੋ ਗਏ। ਨਾਰਵੇ ਦੇਸ਼ ਦੇ ਉੱਤਰੀ ਭਾਗ ਵਿੱਚ ਮਈ ਤੋਂ ਲੈ ਕੇ ਜੁਲਾਈ ਤੱਕ 76 ਦਿਨਾਂ ਤੱਕ ਸੂਰਜ ਨਹੀਂ ਡੁੱਬਦਾ ਅਤੇ ਇੰਨੇ ਦਿਨ ਇੱਥੇ ਰਾਤ ਨਹੀਂ ਹੁੰਦੀ। ਇਸ ਦਾ ਕਾਰਨ ਉੱਤਰੀ ਗੋਲਾਰ ਦਾ ਸੂਰਜ ਵੱਲ ਝੁਕਾਅ ਹੋਣਾ ਹੈ। ਨਾਰਵੇ ਦੇ ਵਿੱਚ ਜਲਵਾਯੂ ਪਰਿਵਰਤਨ ਦੀ ਵਜ੍ਹਾ ਨਾਲ ਬਹੁਤ ਥੋੜ੍ਹਾ ਪ੍ਰਭਾਵ ਪਿਆ ਹੈ, ਇਸੇ ਕਰਕੇ ਵੀ ਇਹ ਇੱਕ ਬਹੁਤ ਸੋਹਣਾ ਦੇਸ਼ ਹੈ। ਨਾਰਵੇ ਯੂਰਪ ਦਾ 3ਜਾ ਸਭ ਤੋਂ ਅਮੀਰ ਦੇਸ਼ ਹੈ। ਇੱਥੋਂ ਦਾ ਜ਼ਿਆਦਾਤਰ ਪੈਸਾ ਤੇਲ, ਗੈਸ ਅਤੇ ਟੂਰਿਜ਼ਮ ਤੋਂ ਆਉਂਦਾ ਹੈ। ਜੇਕਰ ਕੋਈ ਨਾਰਵੇ ਦੇ ਵਿੱਚ ਕਤਲ ਵੀ ਕਰ ਦਿੰਦਾ ਹੈ ਫਿਰ ਵੀ ਉਸ ਨੂੰ ਫਾਂਸੀ ਨਹੀਂ ਦਿੱਤੀ ਜਾਂਦੀ। ਉਸ ਨੂੰ ਜ਼ਿਆਦਾ ਤੋਂ ਜ਼ਿਆਦਾ 21 ਸਾਲ ਦੀ ਕੈਦ ਹੋਵੇਗੀ, ਕਿਉਂਕਿ ਨਾਰਵੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਨੂੰ ਵੀ 1971 ਦੇ ਵਿੱਚ ਖਤਮ ਕਰ ਦਿੱਤਾ ਗਿਆ ਸੀ। ਨਾਰਵੇ ਦੇ ਕਾਨੂੰਨ ਅਨੁਸਾਰ ਤੁਸੀਂ ਉੱਥੇ ਕੁੱਤੇ ਨੂੰ ਵੀ ਨਹੀਂ ਬੰਨ੍ਹ ਸਕਦੇ, ਕਿਉਂਕਿ ਅਜਿਹਾ ਕਰਨਾ ਉੱਥੇ ਗੈਰ ਕਾਨੂੰਨੀ ਹੈ। ਨਾਰਵੇ ਦੇ ਵਿੱਚ ਕੋਈ ਵੀ ਇਨਸਾਨ ਆਪਣੀ ਕਮਾਈ ਨੂੰ ਨਹੀਂ ਲੁਕੋ ਕੇ ਰੱਖ ਸਕਦਾ, ਕਿਉਂਕਿ ਇੱਥੋਂ ਦਾ ਇਨਕਮ ਟੈਕਸ ਡਿਪਾਰਟਮੈਂਟ ਇੱਥੋਂ ਦੇ ਹਰ ਇਨਸਾਨ ਦੀ ਕਮਾਈ ਨੂੰ ਆਪਣੀ ਵੈਬਸਾਈਟ ਦੇ ਉੱਤੇ ਪੋਸਟ ਕਰਦਾ ਹੈ। ਨਾਰਵੇ ਦੇ ਵਿੱਚ ਅਪਰਾਧ ਦੀ ਦਰ ਬਹੁਤ ਘੱਟ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਨਾਰਵੇ ਦੇ ਵਿੱਚ ਸਿਰਫ 10 ਪੁਲਿਸ ਮੁਲਾਜ਼ਮਾਂ ਦੀ ਹੀ ਮੁੱਠਭੇੜ ਦੌਰਾਨ ਮੌਤ ਹੋਈ ਹੈ। ਨਾਰਵੇ ਦੀ ਜੇਲ੍ਹਾਂ ਵਿੱਚ ਕੈਦੀਆਂ ਨੂੰ ਹੋਟਲ ਵਰਗੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਅਤੇ ਇੱਥੋਂ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਨੂੰ ਇੰਟਰਨੈਟ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ। ਨਾਰਵੇ ਦੀਆਂ ਜੇਲ੍ਹਾਂ ਨੂੰ ਪੂਰੀ ਦੁਨੀਆ ਵਿੱਚ ਸਭ ਤੋਂ ਵਧੀਆ ਜੇਲ੍ਹਾਂ ਮੰਨਿਆ ਗਿਆ ਹੈ। 2017 ਦੇ ਵਿੱਚ ਨਾਰਵੇ ਦੁਨੀਆ ਦਾ ਪਹਿਲਾ ਉਹ ਅਜਿਹਾ ਦੇਸ਼ ਬਣਿਆ ਜਿਸ ਨੇ FM ਰੇਡੀਓ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ। ਇੱਥੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਈ ਵੀ ਵਿਗਿਆਪਨ ਜਾਂ ਮਸ਼ਹੂਰੀ ਬਣਾਉਣਾ ਗੈਰ ਕਾਨੂੰਨੀ ਹੈ। ਨਾਰਵੇ ਦੇ ਵਿੱਚ ਮਰਦਾਂ ਲਈ 2 ਨਾਮ ਬਹੁਤ ਹੀ ਜ਼ਿਆਦਾ ਕਾਮਨ ਨੇ, ਜਿਹੜੇ ਹਨ ਔਡ ਅਤੇ ਈਵਨ। ਨਾਰਵੇ ਦੇ ਰਹਿਣ ਸਹਿਣ ਨੂੰ ਬਹੁਤ ਵਧੀਆ ਮੰਨਿਆ ਗਿਆ ਹੈ। ਨਾਰਵੇ ਦੇ ਕੁਝ ਹਿੱਸਿਆਂ ਦੇ ਵਿੱਚ ਅੱਧੀ ਰਾਤ ਨੂੰ ਵੀ ਸੂਰਜ ਦੇਖਿਆ ਜਾ ਸਕਦਾ ਹੈ। ਨਾਰਵੇ ਦੀ ਸਰਕਾਰ ਵੱਲੋਂ ਇੱਥੋਂ ਦੇ ਵਸਨੀਕਾਂ ਨੂੰ ਬਹੁਤ ਜ਼ਿਆਦਾ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਜਿਸ ਦੀ ਵਜ੍ਹਾ ਨਾਲ ਇੱਥੋਂ ਦੇ ਲੋਕ ਬਹੁਤ ਜ਼ਿਆਦਾ ਖੁਸ਼ਹਾਲ ਨੇ। ਇਸ ਦੇਸ਼ ਦੇ ਵਿੱਚ ਮੀਡੀਆ ਕੋਲ ਕਾਫ਼ੀ ਆਜ਼ਾਦੀ ਹੈ। ਇੱਥੇ 1970 ਤੋਂ ਬਾਅਦ ਔਰਤਾਂ ਨੂੰ ਮਰਦਾਂ ਦੇ ਬਰਾਬਰ ਸਹੂਲਤਾਂ ਦੇਣੀਆਂ ਸ਼ੁਰੂ ਕੀਤੀਆਂ ਗਈਆਂ ਸਨ। ਨਾਰਵੇ ਯੂਰਪ ਦਾ ਅਜਿਹਾ ਦੇਸ਼ ਹੈ ਜਿਹੜਾ ਯੂਰਪੀਅਨ ਯੂਨੀਅਨ ਦਾ ਹਿੱਸਾ ਨਹੀਂ ਹੈ। ਨਾਰਵੇ ਦੇ ਕਾਨੂੰਨ ਅਨੁਸਾਰ ਜੇਕਰ ਤੁਸੀਂ ਇੱਥੇ ਘਰ ਵਿੱਚ TV ਰੱਖਦੇ ਹੋ ਤਾਂ ਤੁਹਾਨੂੰ ਹਰ ਸਾਲ ਉਸਦੀ ਲਾਇਸੈਂਸ ਫੀਸ ਭਰਨੀ ਪਵੇਗੀ, ਜਿਹੜੀ ਕਿ ਲਗਭਗ 30,000 ਭਾਰਤੀ ਰੁਪਈਏ ਹੈ। ਨਾਰਵੇ ਦੇ ਕਾਨੂੰਨ ਅਨੁਸਾਰ ਤੁਸੀਂ ਸ਼ਰਾਬ ਉਸ ਦੁਕਾਨ ਤੋਂ ਹੀ ਖਰੀਦ ਸਕਦੇ ਹੋ ਜਿਸ ਦਾ ਨਾਮ ਬਿਨ ਮੋਨੋਪਲੇਟ ਹੈ। ਨਾਰਵੇ ਦੇ ਵਿੱਚ ਮੌਜੂਦ ਲੈਡਰ ਟਨਲ ਨੂੰ ਦੁਨੀਆ ਦੀ ਸਭ ਤੋਂ ਲੰਬੀ ਸੜਕਾਂ ਦੀ ਸੁਰੰਗ ਮੰਨਿਆ ਜਾਂਦਾ ਹੈ, ਜਿਹੜੀ ਕਿ 24.5 ਕਿਲੋਮੀਟਰ ਲੰਬੀ ਹੈ। ਨਾਰਵੇ ਦਾ ਨਾਮ ਉਹਨਾਂ ਦੇਸ਼ਾਂ ਦੀ ਲਿਸਟ ਵਿੱਚ ਆਉਂਦਾ ਹੈ ਜਿਨ੍ਹਾਂ ਨੇ ਯੂਨਾਈਟਡ ਨੇਸ਼ਨ ਦੀ ਸਥਾਪਨਾ 1945 'ਚ ਕੀਤੀ ਸੀ। ਯੂਨਾਈਟਡ ਰਾਸ਼ਟਰ ਦੇ ਪਹਿਲੇ ਡਾਇਰੈਕਟਰ ਨਾਰਵੇ ਦੇ ਟ੍ਰੈਗ ਵੀ ਲਈ ਸੀ। ਨਾਰਵੇ ਦੀ ਕਰੰਸੀ ਕਰੋਨ ਹੈ।
ਇੱਥੋਂ ਦੀ ਕਰੰਸੀ ਦੇ ਭਾਰਤ ਵਿੱਚ ਪੌਣੇ 8 ਰੁਪਏ ਬਣਦੇ ਨੇ। ਇਹ ਸਨ ਕੁਝ ਰੌਚਕ ਤੱਥ ਯੂਰਪ ਦੇ ਬਹੁਤ ਹੀ ਸੋਹਣੇ ਦੇਸ਼ ਨਾਰਵੇ ਬਾਰੇ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ। ਸਾਡੇ ਫੇਸਬੁੱਕ ਪੇਜ ਜੋ ਟੀਵੀ ਨੂੰ ਜ਼ਰੂਰ ਫੋਲੋ ਕਰੋ। ਧੰਨਵਾਦ।